ਸੀਰਤ ਦਾ ਜਿਹੜਾ ਕਹਿੰਦੇ ਹੁੰਦੇ ਨੇ ਪੱਲੇ ਦੀ ਰਸਮ ਪਿਓ ਪੱਲਾ ਫੜਾਉਂਦਾ ਆਨੰਦ ਕਾਰਜ ਤੇ ਮੈਂ ਆਪਣੀ ਵਾਈਫ ਨੂੰ ਆਪਣੀ ਵਾਈਫ ਨੂੰ ਸੀਰਤ ਦੀ ਮਾਂ ਨੂੰ ਇਹ ਸਰਪ੍ਰਾਈਜ਼ ਦਿੱਤਾ ਸੀ ਪੱਲੇ ਦੀ ਰਸਮ ਲਈ ਮੈਨੂੰ ਗਿਆਨੀ ਜੀ ਨੇ ਕਿਹਾ ਖੜਾ ਹੋ ਤੇ ਮੈਂ ਆਪਣੀ ਵਾਈਫ ਨੂੰ ਹੱਕ ਮਾਰ ਹਾਕ ਮਾਰੀ ਪੱਲੇ ਦੀ ਰਸਮ ਮੇਰੀ ਵਾਈਫ ਨੇ ਅਦਾ ਕੀਤੀ ਸੀ ਮੈਂ ਤਾਂ ਸਿਰਫ ਹੱਥ ਫੜਿਆ ਸੀ ਨਾਲ ਮਾਂ ਨੂੰ ਅਧਿਕਾਰ ਹੁੰਦਾ ਸਭ ਤੋਂ ਪਹਿਲਾਂ ਧੀ ਦਾ ਕਰਨ ਦਾ 9 ਮਹੀਨੇ ਉਹ ਟਿੱਡ ਚ ਰੱਖਦੀ ਹੈ ਸੀਰਤ ਦੇ ਵਿਆਹ ਦੀ ਗੱਲ ਕੀਤੀ ਮੈਂ ਤੁਹਾਨੂੰ ਇਹ ਘੋਲ ਕਰਕੇ ਦੱਸਾਂ ਤੁਸੀਂ ਸ਼ਾਇਦ ਪਤਾ ਹੋਵੇ ਸੀਰਤ ਦਾ ਜਿਹੜਾ ਕਹਿੰਦੇ ਹੁੰਦੇ ਨੇ ਪੱਲੇ ਦੀ ਰਸਮ ਪਿਓ ਪੱਲਾ ਫੜਾਉਂਦਾ ਤਾਂ ਆਨੰਦ ਕਾਰਜ ਤੇ ਮੈਂ ਆਪਣੀ ਬੋਟੀ ਨੂੰ ਆਪਣੀ ਵਾਈਫ ਨੂੰ ਸੀਰਤ ਦੀ ਮਾਂ ਨੂੰ ਇਹ ਸਰਪ੍ਰਾਈਜ਼ ਦਿੱਤਾ ਸੀਗਾ ਕਿ ਉਹਨੂੰ ਪਤਾ ਨਹੀਂ ਸੀ ਪੱਲੇ ਦੀ ਰਸਮ ਲਈ ਮੈਨੂੰ ਗਿਆਨੀ ਜੀ ਨੇ ਕਿਹਾ ਖੜਾ ਹੋ ਤੇ ਮੈਂ ਆਪਣੀ ਵਾਈਫ ਨੂੰ ਹੱਕ ਹਾਕ ਮਾਰੀ ਪੱਲੇ ਦੀ ਰਸਮ ਮੇਰੀ ਵਾਈਫ ਨੇ ਅਦਾ ਕੀਤੀ ਸੀ ਮੈਂ ਤਾਂ ਸਿਰਫ ਹੱਥ ਫੜਿਆ ਸੀ ਨਾਲ ਮਾਂ ਨੂੰ ਅਧਿਕਾਰ ਹੁੰਦਾ ਸਭ ਤੋਂ ਪਹਿਲਾਂ ਧੀ ਵਿਦਾ ਕਰਨ ਦਾ 9 ਮਹੀਨੇ ਉਹ ਟੱਟ ਚ ਰੱਖਦੀ ਹੈ ਉਹਦਾ ਅਧਿਕਾਰ ਹੁੰਦਾ ਸੋ ਅਸੀਂ ਇੱਕ ਗੱਲ ਇਹ ਵੀ ਕੀਤੀ ਸੀ ਜੇ ਕੋਈ ਸੁਣ ਰਿਹਾ ਹੈ ਤਾਂ ਤੁਸੀਂ ਇਕੱਲੇ ਪੱਲਾ ਨਾ ਫੜਾਓ ਆਪਣੀ ਵੋਟੀ ਨੂੰ ਵੀ ਨਾਲ ਖੜੀ ਕਰੋ ਤੇ ਜੇ ਕੁੜੀ ਦਾ ਫਾਦਰ ਨਹੀਂ ਹੈਗਾ ਤਾਂ ਇਕੱਲੀ ਔਰਤ ਨੂੰ ਅਧਿਕਾਰ ਦਿਓ ਕਿ ਉਹ ਪੱਲਾ ਫੜਾਵੇ ਸੋ ਇਹਦੇ ਵਿੱਚ ਟੀਚਰਸ ਦਾ ਤੇ ਪੇਰੈਂਟਸ ਦਾ ਬਹੁਤ ਵੱਡਾ ਕਸੂਰ ਆ ਉਹੀ ਅਸੀਂ ਫਿਲਮ ਮਨਸੂਬਾ ਚ ਕਿਹਾ ਵੀ ਟੀਚਰ ਤੁਹਾਨੂੰ ਪ ਜ਼ਰੂਰੀ ਨਹੀਂ ਕਲਾਸ ਦੇ ਵਿੱਚ ਸਕੂਲ ਕਾਲਜ ਮਿਲਣਾ ਉਹ ਤੁਹਾਨੂੰ ਰਾਹ ਜਾਂਦਾ ਕੋਈ ਸਬਜ਼ੀ ਔਰ ਚਣ ਵਾਲਾ ਕਿਸੇ ਤੋਂ ਰਾਹ ਪੁੱਛੇ ਆ ਉਹ ਵੀ ਤੁਹਾਡਾ ਕੋਈ ਬਿਜ਼ਨਸਮੈਨ ਵੀ ਤੁਹਾਡਾ ਟੀਚਰ ਹੋ ਸਕਦਾ ਤੁਹਾਨੂੰ ਜ਼ਿੰਦਗੀ ਦੇ ਲੜ ਲਾ ਸਕਦਾ ਹੈ ਨਾ ਕਈ ਵਾਰੀ ਟੀਚਰ ਪੇਰੈਂਟਸ ਇਹ ਜੇ ਹੁੰਦੇ ਨੇ ਕਿ ਕਰਤਾ ਤੁਹਾਡਾ ਭਲਾ ਰਹੀ ਹੁੰਦੇ ਨੇ ਪਰ ਤੁਹਾਡਾ ਸਭ ਤੋਂ ਵੱਡਾ ਨੁਕਸਾਨ ਤੁਹਾਡੇ ਮਾਪੇ ਹੀ ਕਰ ਜਾਂਦੇ ਨੇ ਸੋ ਪੇਰੈਂਟਿੰਗ ਤੇ ਟੀਚਿੰਗ ਦਾ ਕਸੂਰ ਹੈ ਜੇ ਬੱਚੇ ਕਿਤਾਬਾਂ ਨਹੀਂ ਚੱਕਦੇ ਬੱਚੇ ਦੇ ਸਾਹਮਣੇ ਮਾਪੇ ਕਿਤਾਬਾਂ ਚੱਕਣਗੇ ਤਾਂ ਬੱਚੇ ਕਿਤੇ ਨਾ ਕਿਤੇ ਜ਼ਰੂਰ ਚੱਕਣਗੇ ਮਾਪਿਆਂ ਨੇ ਅੱਜ ਤੱਕ ਬੱਚਾ 21 ਸਾਲ ਦਾ ਹੋ ਜਾਂਦਾ 25 ਸਾਲ ਦਾ ਦੇਂਦੇ ਮੈਂ ਆਪਣੇ ਬੱਚਿਆਂ ਨੂੰ ਜੇ ਦੂਜੇ ਗਿਫਟ ਦਿੰਦਾ ਤਾਂ ਆਪਣੀ ਬੇਟੀ ਤੋਂ ਸ਼ੁਰੂਆਤ ਕਰ ਲਈ ਸੀ 5ਵੀਂ ਕਲਾਸ ਤੋਂ ਕਿ ਉਹਨੂੰ ਕਿਤਾਬਾਂ ਜਦੋਂ ਪੜ੍ਹਨ ਜੋਗੀ ਹੋਈ ਸੀ ਉਹਨੂੰ ਕਿਤਾਬ ਲੈ ਕੇ ਦੇਈਦਾ ਅੱਜ ਉਹਦੀ ਆਪਣੀ ਲਾਇਬ੍ਰੇਰੀ ਹੈ ਸੋ ਆਪਣੇ ਆਪ ਨੂੰ ਐਫਰਟ ਕਰਨੇ ਪੈਣਗੇ ਮੈਨੂੰ ਯੂਥ ਨਾਲ ਕੋਈ ਨਿਰਾਸ਼ਾ ਨਹੀਂ ਹਾਂ ਪੰਜਾਬੀ ਸੁਸਾਇਟੀ ਨਾਲ ਜ਼ਰੂਰ ਹੈਗੀ ਹੈ ਕਿ ਸਾਡੇ ਕੋਲੇ ਪੜ੍ਹਨ ਦਾ ਕਲਚਰ ਨਹੀਂ ਹੈ ਸਾਡੇ ਕੋਲੇ ਸੁਣਨ ਦਾ ਕਲਚਰ ਨਹੀਂ ਹੈ ਸਾਡੇ ਕੋਲੇ ਲਿਖਣ ਦਾ ਕਿਸੇ ਨੂੰ ਗਾਲਾਂ ਕੱਢ ਕੇ ਲਿਖ ਦੋ ਕਿਸੇ ਨੂੰ ਲੰਬੇ ਲਿਖ ਦੋ ਜੇ ਕਿਸੇ ਨੂੰ ਜਨਮ ਦਿਨ ਦੀ ਵਧਾਈ ਵੀ ਲਿਖਣੀ ਆ ਸਤੇ ਨੂੰ ਵੀ ਉਹਨੂੰ ਵੀ ਐਚ ਬੀ ਡੀ ਹਾਂ ਮੈਨੂੰ ਬਣ ਮੈਂ ਕੀ ਕੀ ਬਣ ਗਿਆ ਕਹਿੰਦੇ ਹੈਪੀ ਬਰਥਡੇ ਬਣ ਗਿਆ ਇੰਨੇ ਚ ਇੰਨਾ ਕੁ ਲਿਖਣਾ ਆਉਂਦਾ ਸਾਨੂੰ ਸੋ ਇਹਦੇ ਵਿੱਚ ਕਸੂਰ ਸਾਡੀ ਸੁਸਾਇਟੀ ਦਾ ਹੈ ਸਾਨੂੰ ਪੜਨ ਦਾ ਕਲਚਰ ਪੈਦਾ ਕਰਨਾ ਪਊਗਾ ਸੁਣਨ ਦਾ ਕਲਚਰ ਪੈਦਾ ਕਰਨਾ ਪਊ ਵਿਦੇਸ਼ ਦੀ ਧਰਤੀ ਕੋਈ ਸਾਡੇ ਨਾਲੋਂ ਅਲੈਦਾ ਨਹੀਂ ਹੈਗੀ ਪਰ ਉੱਥੇ ਰੂਲ ਐਂਡ ਰੈਗੂਲੇਸ਼ਨਸ ਕਈ ਚੀਜ਼ਾਂ ਨੇ ਅਸੀਂ ਵੀ ਉੱਥੇ ਜਾ ਕੇ ਮੰਨਦੇ ਆਂ ਵਿਆਹ ਦੀ ਗੱਲ ਕੀਤੀ ਹੈ ਵਿਆਹ ਉੱਥੇ ਜ਼ਰੂਰ ਇੱਥੇ ਨਾਲੋਂ ਸਾਰੀਆਂ ਰਸਮਾਂ ਜਿਹੜੀਆਂ ਪੁਰਾਣੀਆਂ ਹੁੰਦੀਆਂ ਸੀਗੀਆਂ ਹੈਨਾ ਜਿਹੜੀਆਂ ਤੁਸੀਂ 50 ਦੇ ਵਿੱਚ ਜਾਂ 60 ਦੇ ਵਿੱਚ ਨਿਵਾਇਆ ਜਾਂਦੇ ਸੀ ਉਹ ਅੱਜ ਉੱਥੇ ਹੁੰਦੀਆਂ ਨੇ ਸਾਰੀਆਂ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਰਿਸ਼ਤਿਆਂ ਦੇ ਵਿੱਚ ਵਿਗਾੜ ਹੈ ਜਾਂ ਹੋਰ ਹੈ ਇਹ ਸਾਡਾ ਪੰਜਾਬੀਆਂ ਦਾ ਨਾ ਖਾਸ ਤੌਰ ਤੇ ਮਨੁੱਖ ਦਾ ਸ਼ੁਰੂ ਤੋਂ ਹੀ ਦਰੇਵਾ ਜਾ ਰਿਹਾ ਹੈ ਜਿਹੜੀ ਚੀਜ਼ ਮਤਲਬ ਕਿ ਨਹੀਂ ਹੁੰਦੀ ਉਹਦੇ ਵੱਲ ਭੱਜੀ ਜਾਊਗਾ ਜਦੋਂ ਮਿਲ ਜਾਂਦੀਆਂ ਫਿਰ ਪਿਛਲੀ ਵੱਲ ਝਾਕਣ ਲਾ ਜਾਂਦਾ ਪਹਿਲਾਂ ਤਾਂ ਅਸੀਂ ਕੈਨੇਡਾ ਜਾਣਾ ਕੈਨੇਡਾ ਜਾਣਾ ਫਿਰ ਉੱਥੇ ਜਾ ਕੇ ਕਹਾਂਗੇ ਇੱਥੇ ਯਾਰ ਇੰਡੀਆ ਵਰਗਾ ਉਹ ਨਹੀਂ ਹੈਗਾ ਇੱਥੇ ਇੰਡੀਆ ਵਰਗਾ ਹੋ ਨਹੀਂ ਹੈਗਾ ਅਸੀਂ ਜਿੱਥੇ ਪ੍ਰੈਜ਼ੈਂਟ ਵਿੱਚ ਹੁੰਦੇ ਹਾਂ ਨਾ ਚਾਹੇ ਉਹ ਇੱਥੇ ਆ ਚਾਹੇ ਕਿਤੇ ਆ ਚਾਹੇ ਸਟੂਡੈਂਟ ਲਾਈਫ ਦੇ ਵਿੱਚ ਆ ਸਕੂਲ 'ਚ ਹੁੰਨੇ ਮੈਂ ਕਾਲਜ ਜਾ ਕੇ ਕਰੂੰਗਾ ਕਾਲਜ ਹੁੰਨੇ ਮੈਂ ਯੂਨੀਵਰਸਿਟੀ ਜਾ ਕੇ ਇਹ ਕਰੂੰਗਾ ਯੂਨੀਵਰਸਿਟੀ 'ਚ ਜਦੋਂ ਨਿਕਲ ਜਾਨੇ ਬਾਹਰ ਹਾਈ ਸਕੂਲ 'ਚ ਆਏ ਹੁੰਦਾ ਸੀ ਹਾਈ ਕਾਲਜ 'ਚ ਆਏ ਹੁੰਦਾ ਸੀ ਮੈਂ ਨੌ ਉਹ ਜੇ ਮਲੇ ਨਹੀਂ ਜਾ ਸਕਦਾ ਕਈ ਤਾਂ ਐਂ ਨਿਗਾਹ ਆਉਂਦੇ ਨੇ ساری ਜ਼ਿੰਦਗੀ